ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਦੂਜੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਹਾਂ ਜੀਰਕਪੁਰ ਤੋਂ। ਅਤੇ ਆਹ ਦੇਖੋ ਬੰਦੇ ਆਪਣੇ ਸਮਾਨ ਆਪਦਾ ਪੈਕ ਕਰ ਰਹੇ ਨੇ ਸਾਰੇ। ਜਿੰਨਾ ਵਿਆਹ ਵਾਲੀ ਕੁੜੀ ਸਮਾਨ ਲੈ ਕੇ ਜਾਂਦੀ ਹੈ ਉਨਾ ਸਮਾਨ ਸਾਡਾ ਹੋ ਜਾਂਦਾ ਨਾਲ। ਡਾਕਟਰ ਸਾਹਿਬ ਨਹੀਂ ਆਏ ਹਜੇ, ਆਉਂਦੇ ਹੈ, ਹੌਲੀ ਹੌਲੀ ਚੱਕਣਗੇ। ਹੁਣ ਆਪਾਂ ਚੱਲਾਂਗੇ ਇੱਥੋਂ ਸ਼ਿਮਲਾ ਨਾਰਕੰਡਾ। ਨਾਰਕੰਡਾ ਪਹੁੰਚ ਕੇ ਦੇਖਾਂਗੇ ਵੀ ਉੱਥੇ ਜੇ ਤਾਂ ਟਾਈਮ ਸਿਰ ਪਹੁੰਚ ਗਏ ਫਿਰ ਤਾਂ ਅੱਗੇ ਰਾਮਪੁਰ ਵੱਲ ਨੂੰ ਵਧਾਂਗੇ। ਜੇ ਐਂ ਆ ਵੀ ਲੇਟ ਹੋ ਗਏ ਥੋੜ੍ਹਾ ਜਿਹਾ ਫਿਰ ਆਪਾਂ ਸਟੇ ਕਰ ਲਾਂਗੇ ਨਾਰਕੰਡਾ। ਬਸ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਰਾਮ ਟੇਢੀ ਅੱਖ ਨਾਲ ਦੇਖਦਾ। ਠੀਕ ਹੈ ਡਾਕਟਰ ਸਾਹਿਬ, ਮਜ਼ਾ ਆ ਰਿਹਾ, ਮਜ਼ਾ ਆ ਰਿਹਾ। ਰਾਮ ਇੱਕ ਟੈਂਕੀ ਚ ਹੁਣ ਨਹੀਂ ਰੁੜਦਾ। ਰਾਮ ਇੱਕ ਟੈਂਕੀ ਚ ਕਿੰਨੇ ਕਿਲੋਮੀਟਰ ਪਾਈ ਜਾਂਦਾ ਬਾਈ? ਇਹ 90 ਸੌ ਹੀ ਜਾਂਦਾ ਬਸ। ਔਖਾ ਕੰਮ ਆ ਹੈ ਰਾਮ ਮਿਲਣਾ ਤਾਂ ਮੂੰਹ ਚ ਵੀ ਬੁੱਕਾ ਤੇਲ ਦਾ ਭਰ ਕੇ ਲੈ ਤੁਸੀਂ ਵੀ ਫੁੱਲ ਕਰਾ ਲਈ ਸਰ? ਹਾਂ ਫੁੱਲੀ ਹੋ ਗਈ ਟੈਂਕੀ। ਰਾਮ ਦੀ ਫੁੱਲ ਕਰ ਦੋ ਟੈਂਕੀ। ਰਾਮ ਦੀ ਟੈਂਕੀ ਫੁੱਲ। ਰਾਮ ਮੈਂ ਢੋਲੀ ਚ ਪਾ ਲੈ ਕੋਈ। ਉਹ ਸਹੀ ਗੱਲ ਆ। ਸ਼ਿਮਲੇ ਵਾਲੇ ਰੋਡ ਤੇ ਪੈ ਗਏ ਜੀ। ਥੋੜਾ ਜਿਹਾ 30-40 ਕਿਲੋਮੀਟਰ ਅੱਗੇ ਚੱਲ ਕੇ ਬ੍ਰੇਕਫਾਸਟ ਕਰਦੇ ਹਾਂ ਇੱਕ ਵਾਰੀ। ਵੀ ਰਾਮ ਪੁਲਿਸ ਵਾਲਿਆਂ ਤੋਂ ਬਚਣ ਵਾਸਤੇ ਸੈਟਿੰਗਾਂ ਕਰਦਾ ਹੋਇਆ ਐਗਜ਼ੌਸਟ ਵਧਾ ਰਿਹਾ ਘਟਾ ਰਿਹਾ। ਲਾਈਟਾਂ ਤੇ ਜਰਾਬਾਂ ਚੜਾ ਦੀਆਂ। ਡਾਕਟਰ ਸਾਹਿਬ ਬ੍ਰੇਕਫਾਸਟ ਰੈਡੀ ਹੋ ਰਿਹਾ ਆਪਣਾ? ਕਾਫੀ ਟਾਈਮ ਇਹਦੇ ਬ੍ਰੇਕਫਾਸਟ ਜਾਂ ਚਾਹ ਚੂਹ ਜ਼ਰੂਰ ਪੀ ਕੇ ਜਾਂਦਾ। ਸਹੀ ਹੈ, ਆ ਲਓ ਜੀ ਰਾਮ ਥੋੜ੍ਹਾ ਪਿੱਛੇ ਕਰ ਲਓ।
ਡਾਕਟਰ ਸਾਹਿਬ ਦੀ ਸਿਫਾਰਿਸ਼ ਤੇ ਕਰਦੇ ਆ ਟੇਸਟ। ਦੇਖੋ ਬਾਕੀ ਕੋਈ ਪਤਾ ਨਹੀਂ, ਇੱਥੇ ਰੁਕੇ ਹਾਂ ਜੀ। ਜਿਹੜੀ ਗੱਲ ਗੁਰਕੀਰਤ ਦੀ ਟਿਊਬ ਹੈ ਜਾਂ ਪਾੜ ਗਈ ਸੀ ਅਤੇ ਉਹ ਟਿਊਬਾਂ ਲੈਣ ਵਾਸਤੇ ਇੱਥੇ ਰੁਕੇ ਹਾਂ, ਕਿਉਂਕਿ ਫਿਰ ਅੱਗੇ ਜਾ ਕੇ ਤਾਂ ਏਰੀਆ ਜਿਹੜਾ ਦੂਸਰਾ ਆਜੂਗਾ, ਫਿਰ ਅੱਗੇ ਜਾ ਕੇ ਟਿਊਬਾਂ ਡੱਬਾ ਨਹੀਂ ਮਿਲਦੀਆਂ ਬਾਅਦ 'ਚ, ਤਾਂ ਇਸ ਕਰਕੇ ਇੱਥੋਂ ਹੀ ਪਰਚੇਜ਼ ਕਰ ਰਹੇ ਹਾਂ। ਕੁਫਰੀ ਪਹੁੰਚ ਗਏ ਆਪਾਂ, ਕੁਫਰੀ ਇੱਥੇ ਰੁਕ ਜਾਓ, ਰੁਕਣਾ ਕਹਿਣ ਕਹਿਰ ਟਾਈਮ ਹੋ ਗਿਆ ਮੇਰੇ ਵੀਰੋ। ਵਾਹ ਜੀ ਵਾਹ, ਕਿਆ ਨਜ਼ਾਰਾ ਹੈ। ਇੱਕ ਸਪੋਟ 'ਤੇ ਖੜ੍ਹੇ ਹਾਂ ਜੀ, ਮੈਗੀ ਅਤੇ ਚਾਹ। ਆਰਾਮ ਉੱਧਰ ਫੋਨ ਕਰੀ ਜਾਂਦਾ ਘਰ, ਭਰਜਾਈ ਨੇ ਦਬਕਾ ਮਾਰਿਆ ਸੀ ਜੀ, ਸ਼ਾਇਦ ਦੁਪਹਿਰ ਤੱਕ ਫੋਨ ਨਾ ਆਇਆ ਤਾਂ ਬਸ। ਆਪਾਂ ਜੀ ਨਾਰਕੰਡਾ ਤੋਂ 25 ਕਿਲੋਮੀਟਰ ਪਹਿਲਾਂ ਰੁਕੇ ਹਾਂ। ਰੁਕਣ ਦਾ ਕਾਰਨ ਇਹ ਸੀ ਵੀ ਤੁਹਾਨੂੰ ਸੇਬਾਂ ਦੇ ਬਾਗ ਦਿਖਾਉਣੇ ਨੇ, ਆਹ ਦੇਖੋ ਅਤੇ ਆਹ ਦੇਖੋ, ਆਹ ਜਿਹੜਾ ਸਾਰਾ ਸੇਬ ਹੈ ਇੱਧਰੋਂ, ਸਾਰਾ ਸੇਬ ਹੈ ਇੱਥੋਂ ਜਾਂਦਾ। ਆਹ ਦੇਖੋ ਸਾਰੇ ਬਾਗ ਢਕੇ ਪਏ ਨੇ, ਉੱਪਰ ਦੇਖੋ ਸਾਰੇ ਸੇਬਾਂ ਦੇ ਬਾਗ ਨੇ। ਇੱਥੇ ਮੌਸਮ ਬਹੁਤ ਵਧੀਆ ਹੋ ਗਿਆ ਕਿਉਂਕਿ ਕਾਫੀ ਹਾਈਟ 'ਤੇ ਆ ਗਿਆ ਸੀ। ਰਾਈਡਰ ਆਪਣੇ ਹਜੇ ਥੋੜ੍ਹੇ ਜਿਹੇ ਪਿੱਛੇ ਆਉਂਦੇ ਨੇ। ਗੁਰਕੀਰਤ ਕਿੱਥੇ ਰਹਿ ਗਿਆ, ਗੁਰਕੀਰਤ ਕਿੱਥੇ ਰਹਿ ਗਿਆ, ਗੁਰਕੀਰਤ ਕਿੱਥੇ ਰਹਿ ਗਿਆ, ਗੁਰਕੀਰਤ ਗੁਰਕੀਰਤ ਕਿੱਥੇ ਰਹਿ ਗਿਆ। ਮੌਸਮ ਬਹੁਤ ਵਧੀਆ ਹੋ ਗਿਆ ਰਾਮ, ਹਨਾ ਬੜਾ ਘੈਂਟ ਗੱਲਬਾਤ ਹੋ ਗਈ। ਹਾਂ ਸੋਹਣਾ ਵਿਊ ਹੈ, ਇਹਨੂੰ
ਬਿਆਨ ਨਹੀਂ ਕਰਿਆ ਜਾ ਸਕਦਾ ਲਫ਼ਜ਼ਾਂ ਨਾਲ। ਬਹੁਤ ਸਾਰੇ ਸੇਵਕਾਂ ਦੇ ਬਾਗ ਨੇ, ਤੇਰ ਮੁੰਡਾ ਇਹਨੂੰ ਹਰ 125 ਕਿਲੋਮੀਟਰ ਬਾਅਦ ਟੈਂਕੀ ਫੁੱਲ ਕਰਾਉਣੀ ਪੈਂਦੀ ਹੈ ਵਿਚਾਰੇ ਨੂੰ। ਇੱਧਰ ਹੁਣ ਜ਼ਿਆਦਾ ਨਾ ਬਾਈਕਰ ਹੀ ਜਾਂਦੇ ਨੇ, ਗੱਡੀਆਂ ਘੱਟ ਜਾਂਦੀਆਂ ਨੇ, ਕਿਉਂਕਿ ਕੁਫਰੀ ਤੋਂ ਪਿੱਛੇ ਹੀ ਜਿਹੜਾ ਟ੍ਰੈਫਿਕ ਸੀਗਾ ਲੋਕਾਂ ਦਾ ਕਰਾਊਡ ਸੀਗਾ ਉਹ ਰਹਿ ਗਿਆ। ਹੁਣ ਤਾਂ ਕੋਈ ਯਾਨੀ ਕਿ ਟਾਵਾਂ ਟਾਵਾਂ ਹੀ ਮੋਟਰਸਾਈਕਲ ਵਾਲਾ ਜਾਂਦਾ ਜਾਂ ਕੋਈ ਗੱਡੀਆਂ ਜਾਂਦੀਆਂ ਨੇ, ਲੋਕਲ ਲੋਕ ਹੀ ਨੇ ਜ਼ਿਆਦਾਤਰ। ਕਿਸੇ ਨੇ ਸਪੀਤੀ ਨਹੀਂ ਵੀ ਜਾਣਾ ਨਾ ਤਾਂ ਨਾਰਕੰਡਾ ਤੱਕ ਆ ਕੇ ਵੀ ਬੰਦਾ ਬਹੁਤ ਜ਼ਿਆਦਾ ਬਿਊਟੀ ਦੇਖ ਸਕਦਾ ਪਹਾੜਾਂ ਦੀ, ਕਿਉਂਕਿ ਬਹੁਤ ਜ਼ਿਆਦਾ ਸੋਹਣੇ ਪਹਾੜ ਨੇ ਅਤੇ ਕਾਫੀ ਹਾਈਟ 'ਤੇ ਹੈ। ਬਾਕੀ ਬਹੁਤ ਅਕਾਂਤ ਏਰੀਆ ਜਮਾਂ ਬਿਲਕੁਲ ਕਰਾਊਡ ਤੋਂ ਦੂਰ, ਜ਼ਿਆਦਾ ਲੋਕਲ ਲੋਕ ਹੀ ਜਾਂਦੇ ਨੇ, ਆਪਣੇ ਵਾਲੇ ਘੱਟ ਆਉਂਦੇ ਥੋੜ੍ਹੇ ਜਿਹੇ। ਜ਼ਿਆਦਾ ਲੋਕ ਹੈ ਜਿਹੜੇ ਆਪਣੇ ਸ਼ਿਮਲੇ ਕੁਫਰੀ ਤੋਂ ਮੁੜ ਜਾਂਦੇ ਨੇ, ਇਸ ਕਰਕੇ ਜ਼ਰੂਰ ਦੇਖਣਾ ਚਾਹੀਦਾ ਸੇਬਾਂ ਦੇ ਬਾਗ। ਪਹਿਲੀ ਜੀ ਅਸੀਂ 2 ਵਜੇ ਦਾ ਟਾਈਮ ਹੋਇਆ ਨਾਰਕੰਡਾ ਪਹੁੰਚ ਗਏ ਅਤੇ ਇੱਥੇ ਪਿਛਲੀ ਵਾਰ ਵੀ ਸਾਈਕਲ 'ਤੇ ਇਹੀ ਸ਼ੌਪ 'ਤੇ ਚਾਹ ਪੀ ਕੇ ਗਏ ਸੀ ਅਸੀਂ। ਡਾਕਟਰ ਸਾਹਿਬ ਜਦੋਂ ਸਾਈਕਲ 'ਤੇ ਆਏ ਸੀ ਨਾ ਉਦੋਂ ਵੀ ਇੱਥੇ ਚਾਹ ਪੀ ਕੇ ਗਏ ਸੀ। ਕੋਈ ਕੋਈ ਨਹੀਂ ਚੌੜ ਕਰਦਾ, ਮਜ਼ਾਕ ਕਰਦੇ ਅਸੀਂ ਤਾਂ ਚਾਹ ਪੀਣੀ ਰੁਕੇ ਸੀ। ਡਾਕਟਰ ਸਾਹਿਬ ਕਹਿੰਦੇ ਚਾਵਲ, ਡਾਕਟਰ ਸਾਹਿਬ ਬਾਹਲਾ ਨਹੀਂ ਸਿਸਟਮ ਆਊਟ ਹੋ ਗਿਆ, ਮੈਂ ਬਿਸਕੁਟ ਖਾਈ ਜਾਂਦਾ। ਤੁਸੀਂ ਅਸੀਂ ਸਾਊਥ 'ਚ ਪੜ੍ਹਾਈ ਕਰੀ ਹੈ ਨਾ, ਉਹ ਤਾਂ ਹੱਥ ਨਾਲ ਖਾਓ ਜੀ ਸਾਊਥ ਨੂੰ। ਇੱਥੇ ਲਾ ਦੇ ਰਾਮ, ਇੱਥੇ ਇੱਥੇ ਰਾਮ ਆਏ ਲਾ ਆਉਂਦਾ ਹੈ। ਰੂਮ ਆਪਣਾ ਸੋਹਣਾ ਯਾਰ, ਕੁਛ ਕਹੋ ਨਾ ਕਹੋ, ਦੇਖੋ ਰੂਮ ਇੱਕ ਨੰਬਰ ਹੈ ਸਾਹਿਬ। ਰੰਗ ਬਿਰੰਗਾ ਵਾਲਾ ਨਹੀਂ, ਕਿਉਂ ਆਪਾਂ ਨੂੰ ਰੰਗ ਬਿਰੰਗਾ ਕੀ ਕਹਿੰਦਾ? ਇਹ ਬੈੱਡ ਨਹੀਂ ਹੈਗੇ, ਬਿੱਡਾਂ ਦੇ ਪਏ ਆ, ਬਿੱਡਾਂ ਦੇ ਪਏ।
ਨਹੀਂ ਸਹੀ ਆਪਾਂ ਨੂੰ ਮਿਲ ਠੀਕ ਹੈ, ਰੰਗ ਰੰਗ ਦੀ ਮਿਲ ਵੀ ਆਪਾਂ ਨੂੰ ਭਾਚ ਗਿਆ, ਹਾਂ ਉਹ ਤਾਂ ਫਿਰ 1500 ਰੁਪਏ ਚ ਹੀ ਮਿਲ ਗਿਆ, ਕੋਈ ਮਾੜਾ ਨਹੀਂ 1500 ਤਿੰਨ ਜਣਿਆਂ ਦਾ ਨਹੀਂ ਮਸਤ ਹੈ ਯਾਰ, ਮੈਨੂੰ ਤਾਂ ਇੰਨੀ ਆਸ ਨਹੀਂ ਸੀ ਮਗਰ ਸਰ ਇੰਨਾ ਨਹੀਂ ਮਿਲਣਾ, ਬੰਬ ਰੁਪਈਏ ਵੱਧ ਮੰਗੂਗਾ ਫਿਰ ਵੀ, ਨਹੀਂ ਸਹੀ ਰੂਮ ਸਹੀ ਮਿਲ ਗਿਆ। ਹੁਣ ਆਪਾਂ ਬਸ ਘੰਟਾ ਕੁ ਰੈਸਟ ਕਰਕੇ 4 ਵਜੇ ਨੂੰ ਆਪਾਂ ਚੱਲਦੇ ਹਾਂ, ਕੀ ਦੇਖ ਕੇ ਆਉਣਾ ਆਪਾਂ? ਇਹ ਤਾਂ ਇੱਥੇ ਹਾਟੂ ਪੀਕ, ਹਾਟੂ ਪੀਕ ਹਾਂ, ਅੱਛਾ ਚਲੋ 7 ਕਿਲੋਮੀਟਰ ਮੋਹਨ ਸਾਹਿਬ ਦੇ ਜਾਣਾ, ਅੱਛਾ ਇੱਕ ਇੱਥੇ ਆ ਕਹਿੰਦੇ ਤੁਰ ਕੇ ਜਾ ਕੇ 5 ਮਿੰਟ ਦਾ ਰਸਤਾ ਹੀ ਆ, ਬਹੁਤ ਸੋਹਣਾ ਗਰਾਊਂਡ ਆ ਉਹ ਦੇਖ ਕੇ ਆਓ। ਹਾਂ ਚਲੋ ਸਾਰਾ ਕੁਛ ਦੇਖ ਆਵਾਂਗੇ, ਨਾਰਕੰਡੇ ਦਾ ਫਿਰ ਆਏ ਨਾ ਹੋਵੇ ਵੀ ਕੁਛ ਰਹਿ ਗਿਆ, ਪਰ ਬਹੁਤ ਸੋਹਣੀ ਜਗ੍ਹਾ ਹੈ, ਠੰਡ ਬਹੁਤ ਹੈ। ਡਾਕਟਰ ਸਾਹਿਬ ਤੁਸੀਂ ਬਚਪਨ 'ਚ ਵੀ ਇੰਨੀ ਖਾਂਦੇ ਸੀ ਚਟਪਟਾ ਲਿਆ ਕੇ? ਕਲੱਲੀਆਂ ਜੀ ਚੀਜ਼ਾਂ ਦੇ ਫੈਨ ਹੋ, ਕੱਲ ਜਿਵੇਂ ਉਹ ਕੀ ਸੀ ਆਪਣੀ ਮੋਬਾਈਲ ਬੇਲਪੂਰੀ ਬਣੀ ਬੇਲ, ਅੱਜ ਤੁਸੀਂ ਆਹ ਇਹ ਤੁਸੀਂ ਅੱਗੇ ਜਾ ਕੇ ਨਵੇਂ ਸੱਪ ਕੱਢੋਗੇ? ਮੈਂ ਲਾ ਲਿਆ ਸਾਹਿਬ, ਮੈਂ ਲਾ ਲਿਆ ਸਾਹਿਬ, ਅੱਗੇ ਜਾ ਕੇ ਨਵੇਂ ਸੱਪ ਕੱਢੋਗੇ? ਲਓ ਜੀ ਦੇਖੋ ਰੂਮ ਦਾ ਹਾਲ ਦੇਖੋ, ਸੂਲ ਨਹੀਂ ਪੱਤਰੀ ਸੀ, ਚੱਕਰ ਚੜਿਆ ਸਾਹ ਚੜ ਗਏ ਸਾਡੇ ਤਾਂ ਉੱਥੇ। ਹੋਰ ਹੁਣ ਆਪਣੀ ਕਿਹੜੇ ਟਾਈਮ ਦੀ ਹੈ, ਲੰਚ ਹੈ ਕਿ ਡਿਨਰ ਹੈ? ਹੋਟਲ ਦੇ ਰਸਤੇ ਤੇ ਸਿੱਧਾ ਜਾ ਕੇ ਗ੍ਰੀਨ ਪਾਰਕ ਦੋਂਬੜੀ ਦੇਖਣ ਜਾਂਦੇ ਆਪਾਂ। ਹਾਂ ਜੇ ਕੋਈ ਗਲਤੀ ਮਲਤੀ ਹੋ ਗਈ ਤਾਂ ਮਾਫ਼ ਕਰਿਓ, ਨਹੀਂ ਯਾਰ ਭੀੜ ਭਾੜ ਤੋਂ ਦੂਰ ਸਕੂਨ ਜਾ ਇੱਥੇ ਹੈ ਨਾ, ਬਾਕੀ ਸੋਹਣਾ ਯਾਰ ਰਸਤਾ ਤਾਂ ਨਾ। ਜੀ ਟਰੈਕਿੰਗ ਅਸਲ 'ਚ ਨਾ ਆਪਾਂ ਮੋਟਰਸਾਈਕਲ 'ਤੇ ਆਏ ਨਾ ਤਾਂ ਆਪਣਾ ਦਮ ਜਿਹਾ ਪੱਟਿਆ ਗਿਆ, ਡਾਕਟਰ ਸਾਹਿਬ ਆਪਣਾ ਨਾ ਮੋਟਰਸਾਈਕਲ ਚਲਾ ਚਲਾ ਕੇ ਖੂਨ ਗਾੜਾ ਹੋ ਗਿਆ, ਕੁਝ ਕਰ ਲਾਂਗੇ ਪਤਾ। ਲਓ ਜੀ ਗਰਾਊਂਡ 'ਚ ਪਹੁੰਚ ਗਏ ਆਪਾਂ, ਬਾਕੀ ਗਰਾਊਂਡ ਤਾਂ ਚਲੋ ਗਰਾਊਂਡ ਵੀ ਸੋਹਣਾ ਹੈ ਪਰ ਜਿਹੜਾ ਗਰਾਊਂਡ ਨੂੰ ਆਉਣ ਵਾਲਾ ਰਸਤਾ ਨਾ ਉਹ ਹੈਗਾ ਤਾਂ 5 ਕੁ ਮਿੰਟ ਦਾ ਪਰ ਬਹੁਤ ਜ਼ਿਆਦਾ ਸੋਹਣਾ ਰਸਤਾ ਹੈ। ਕ੍ਰਿਕਟ ਦਾ ਮੈਚ ਚੱਲ ਰਿਹਾ ਮੁੰਡਿਆਂ ਦਾ,
ਉੱਥੇ ਚੱਲ ਕੇ ਇੰਜ ਜਾ ਕੇ ਬਹਿ ਜਾਂਦੇ ਨੇ। ਹੁਣ ਆਪਾਂ ਜਾ ਰਹੇ ਹਾਂ ਜੀ ਹਾਟੂ ਪੀਕ। ਇਹ ਜਿਹੜਾ ਹਾਟੂ ਪੀਕ ਹੈ ਇਹ ਨਾਰਕੰਡਾ ਤੋਂ 7 ਕਿਲੋਮੀਟਰ ਉੱਪਰ ਹੈਗਾ ਚੋਟੀ 'ਤੇ, ਅਤੇ ਉੱਥੇ ਜਾ ਰਹੇ ਹਾਂ ਆਪਾਂ। ਅੱਜ ਕੋਈ ਇੱਥੇ ਮੇਲਾ ਲੱਗਿਆ ਹੋਇਆ ਹੈਗਾ ਇਹਨਾਂ ਦਾ। ਬਹੁਤ ਯਾਰ ਐਡਵੈਂਚਰ ਵਾਲੀ ਰੋਡ ਹੈ, ਹੈਂ ਊਂ ਚੱਡਿਆਂ 'ਚ ਨਾ ਮਾਰੀਏ ਕਿਸੇ ਦੇ, ਐਂ ਮਾੜਾ ਧਿਆਨ ਰੱਖਿਓ। ਤੁਹਾਡੇ ਵਾਲੇ ਅਸਲ 'ਚ ਘੱਟ ਘੱਟ ਵੱਜਦੇ ਨੇ ਨਾ, ਤੁਰਲੀ ਨਹੀਂ ਮਾਰ ਸਕਦੇ ਤੁਸੀਂ। ਪਹੁੰਚ ਜੱਦੋ ਜਹਿਦ ਤੋਂ ਬਾਦ ਹਾਟੂ ਪੀਕ ਪਹੁੰਚਿਆ। ਡਾਕਟਰ ਸਾਹਿਬ ਤੁਹਾਨੂੰ ਰਿਵਿਊ ਦੱਸ ਕਿਵੇਂ ਚੜ੍ਹਾਈ ਸਿੱਧੀ ਉਤਰਦੀ ਸੀ, ਮੈਨੂੰ ਤਾਂ ਹੀ ਹੋ ਗਿਆ ਮੈਂ ਕਿਤੇ ਮੋਟਰਸਾਈਕਲ ਦੀ ਕਲੱਚ ਪਲੇਟ ਹੀ ਨਾ ਮੱਚ ਜਾਣ, ਹੋਰ ਸੀ ਆਪਾਂ ਚੇੜ ਲਈਏ ਇੱਥੇ ਸਪੀਤੀ ਬਣ ਜੇ ਆਪਣੀ ਤਾਂ। ਜੀ ਹਾਟੂ ਮੰਦਿਰ ਹੈ ਤੇ ਉਹ ਸਾਹਮਣੇ ਜਿਹੜੀ ਤੁਹਾਨੂੰ ਦਿਸਦੀ ਹੈ ਉਹ ਹਾਟੂ ਪੀਕ ਹੈ। ਉਹ ਇੱਧਰ ਇਹ ਏਰੀਏ ਦੀ ਸਭ ਤੋਂ ਉੱਚੀ ਯਾਨੀ ਕਿ ਚੋਟੀ ਹੈ ਜਿੱਥੋਂ ਸਾਰੇ ਪਹਾੜ ਹੈ ਨੀਵੇਂ ਲੱਗਦੇ ਹੈ। ਇਹ ਨਾਰਕੰਡਾ ਤੋਂ 7 ਕਿਲੋਮੀਟਰ ਚੜ੍ਹਾਈ ਚੜ੍ਹ ਕੇ ਹੈ ਜੰਗਲ ਦੇ ਵਿੱਚ ਦੀ। ਵੈਸੇ ਬਹੁਤ ਸੋਹਣਾ ਯਾਨੀ ਕਿ ਰਸਤਾ ਹੈ ਅਤੇ ਬਹੁਤ ਦੇਖਣ ਵਾਲੀ ਚੀਜ਼ ਹੈ। ਹਾਂ ਪਰ ਐਂ ਵੀ ਅੱਧਾ ਦਿਨ ਤਾਂ ਤੁਹਾਡਾ ਇੱਥੇ ਲੱਗ ਜੂਗਾ, ਨਹੀਂ ਲੱਗ ਹੀ ਜਾਊਗਾ ਸਰ। ਅੱਧਾ ਘੰਟਾ ਵਾਂਗੂ ਆਉਣ 'ਤੇ ਲੱਗ, ਘੰਟਾ ਜਾਣ 'ਤੇ ਲੱਗ, ਘੰਟਾ ਕਿੱਥੇ ਲੱਗ ਜੂ, ਹੈਂ ਅੱਧਾ ਘੰਟਾ ਲੱਗੇ, ਅੱਧੇ ਘੰਟੇ 'ਚ ਤਸੱਲੀ ਹੋ ਗਈ। ਇਹ ਤਾਂ ਐਂ ਹੋ ਗਿਆ ਸੀ ਮੁੜ ਚੱਲੋ ਹੋ ਗਿਆ ਸੀ ਕੰਮ। ਲਓ ਜੀ ਹਾਟੂ ਪੀਕ ਦਾ ਵਿਊ ਦੇਖੋ, ਬਹੁਤ ਹੀ ਸ਼ਾਨਦਾਰ ਵਿਊ ਹੈ ਜਿਹਦੇ ਵਾਸਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ। ਇਹ ਜੀ ਹਾਟੂ ਮੰਦਿਰ ਜਿੱਥੇ ਅੱਜ ਮੇਲਾ ਲੱਗਿਆ ਸੀਗਾ ਤੇ ਕਾਫੀ ਭੀੜ ਸੀਗੀ ਇੱਥੇ। ਆਪਾਂ ਡਾਕਟਰ ਸਾਹਿਬ ਉਹ ਦੂਸਰੀ ਪੀਕ ਤੇ ਚੱਲਣਾ ਉੱਧਰ ਲਈ, ਤੇ ਮਰਾਉਣਾ ਨਹੀਂ ਆ, ਤੂੰ ਜੰਗ ਮੁੰਡਾ ਯਾਰ, ਤੇਰੇ ਘਰੇ ਪਤਾ ਲੱਗ ਗਿਆ ਵੀ ਐਂ ਕਹਿੰਦਾ ਸੀ ਵੀ ਮਰਾਉਣਾ। ਸਿਰਾ ਗੱਲਬਾਤ ਹੀ ਹੋ ਗਈ ਸਿਰਾ। ਆਹ ਦੇਖੋ ਕਿੱਥੇ ਪੰਗੇ ਲੈਂਦੇ ਨੇ, ਲੈ ਦੇਖੀ ਆਪਣੇ ਲੋਕ ਤੇ ਮਰਨ ਨੂੰ ਨਹੀਂ ਡਰਦੇ ਪਰ ਸਾਹਿਬ ਭੇਜਦੇ।
ਨਹੀਂ ਸਨਸੈਟ ਨਹੀਂ ਦੇਖਦੇ, ਮੰਨ ਲਈ ਤੁਹਾਡੀ ਗੱਲ, ਆਪਾਂ ਬਸ ਬਸ ਚੱਲਦੇ ਫੋਟੋ ਫਾਟ ਖਿੱਚ ਕੇ ਇੱਧਰ ਇੱਧਰ ਸਾਰੇ ਵਿਊ ਵਧੀਆ ਨਾ ਫੋਟੋਆਂ ਵਗੈਰਾ ਵਾਸਤੇ। ਡਾਕਟਰ ਸਾਹਿਬ ਪੁੱਛ ਲਓ, ਡਾਕਟਰ ਸਾਹਿਬ ਪੁੱਛ, ਡਾਕਟਰ ਸਾਹਿਬ ਐਨਕਾਂ ਵਿੱਚ ਦੀ ਅੱਖ ਮਾਰੋ ਇੱਕ ਵਾਰੀ, ਐਨਕਾਂ ਵਿੱਚ ਦੀ ਅੱਖ ਮਾਰੋ, ਆਪਾਂ ਆਏ ਸੀਗੇ ਇੱਥੋਂ। ਹਾਂ ਸਾਰੇ ਸੇਬਾਂ ਦੇ ਬਾਗ ਨੇ, ਉਹਨਾਂ ਦੇ ਉੱਪਰ ਉਹ ਪਾਇਆ ਹੋਇਆ ਕਾਗਜ਼। ਡਾਕਟਰ ਸਾਹਿਬ ਡਰਨਾ ਨਹੀਂ ਹੈਗਾ, ਦਿਲ ਜਾ ਜਾਂਦਾ ਥੱਲੇ ਜਾ ਕੇ ਰਾਮ, ਉੱਤੋਂ ਉੱਤੋਂ ਹੋਰ ਉੱਤੇ ਕਰਕੇ। ਸੋਹਣੀ ਹੁੰਦੀ ਫੋਟੋ ਰਾਮ, ਬੈਗ 'ਚ ਪਾ ਲਿਆ ਹੁੰਦੀ ਜਦੋਂ ਹੋਈਆਂ ਪੁੱਛਿਆ ਸੀ, ਕਹਿੰਦਾ ਹਾਂ ਬਾਕੀ ਹੁਣ ਬਾਕੀ ਅੱਗੇ ਤੇਰੇ ਭਾਗ ਲੱਛੀ ਹੈ। ਇੱਕ ਨੰਬਰ ਮਾਹੌਲ ਹੈ ਸਭ ਇੱਥੇ, ਹੈਂ ਲਾਈਟਾਂ ਦੇ, ਪਰ ਲਾਈਟਾਂ ਦੇ ਕਵਰ ਤਾਂ ਲਾਉਣੇ ਹੀ ਪੈਂਦੇ ਨੇ ਨਾ। ਆਟੂ ਪੀਕ ਤੋਂ ਵਾਪਸ ਰੂਮ ਦੇ ਵਿੱਚ ਆ ਗਏ, ਅਤੇ ਰੂਮ ਦੇ ਵਿੱਚ ਆ ਕੇ ਹੁਣ ਅਸੀਂ ਥੋੜ੍ਹਾ ਚਿਰ ਰੈਸਟ ਕਰਦੇ ਹਾਂ, ਅਤੇ ਉਦੋਂ ਬਾਅਦ ਖਾਣਾ ਖੂਣਾ ਖਾਂਦੇ ਹਾਂ। ਕੱਲ੍ਹ ਵੀ ਅਸੀਂ ਖਾਣਾ ਖਾਂਦੇ ਹੋਏ ਸਾਨੂੰ 11-12 ਵੱਜ ਗਏ ਸੀ, ਅਤੇ ਅੱਜ ਟਾਈਮ ਸਿਰ ਸੌਵਾਂਗੇ ਕਿਉਂਕਿ ਕੱਲ੍ਹ ਨੂੰ ਥੋੜ੍ਹਾ ਜਿਹਾ ਟਾਈਮ ਸਿਰ ਨਿਕਲਾਂਗੇ। ਅਤੇ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ, ਅਤੇ ਮਿਲਦੇ ਹਾਂ ਕੱਲ੍ਹ ਦੇ ਵਲੌਗ 'ਚ।